ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ। ਅੱਜ ਕੱਲ ਗੋਭੀ ਤੋੜੀ ਆ, ਅੱਜ ਰੇਹੜੀ ਲਾਉਣੀ ਆ ਗੋਭੀ ਦੀ ਜੋਧਾ ਅੱਡੇ 'ਤੇ। ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਲੈ ਕੇ ਜਾ ਸਕਦਾ। ਗੁਗਨੀ ਬਾਈ ਆ ਗਿਆ, ਕਈ ਵੀਰ ਪੁੱਛਦੇ ਸੀ ਗੁਗਨੀ ਬਾਈ ਬਾਰੇ। ਕੰਡਾ ਹੁਣ ਜਾਂਦਾ ਉੱਧਰ ਦੀ ਚੱਕੇਗਾ, ਨਹੀਂ ਤਾਂ ਇਹ ਤਾਂ ਪੁੱਛ ਲਾ, ਲਿਆ ਦੇਣਗੇ ਚੱਕ ਕੇ ਸਕੂਟਰੀ 'ਤੇ। ਰੋਜ਼ ਨੂੰ ਕਹਿ ਮੋਟਰਸਾਈਕਲ 'ਤੇ ਲਿਆ ਦੂ ਚੱਕ ਕੇ ਉਰੀ ਤੈਨੂੰ। ਚੱਲ ਫਿਰ ਗੋਭੀ ਵੱਡੀ ਆ ਵੀਰੇ, ਠੀਕ ਆ ਰੇਟ, 25-30 ਰੁਪਈਏ ਦੇ ਨੇੜੇ ਹੈਗਾ ਰੇਟ, ਦੇਖ ਲਓ ਫਰੈਸ਼ ਵੀਰੇ। ਆਪਾਂ ਪਰ ਕੋਈ ਸਪਰੇਹਾਂ ਸਪਰੂਹਾਂ ਕੁਛ ਨਹੀਂ ਕਰੀਆਂ ਹੋਈਆਂ ਗੋਭੀ ਨੂੰ, ਕਿ ਔਰਗੈਨਿਕ ਗੋਭੀ ਆ, ਕਿਉਂਕਿ ਆਪਾਂ ਨੂੰ ਝਾੜ ਝੂੜ ਤੱਕ ਦਾ ਨਹੀਂ ਮਤਲਬ ਆਪਣੀ, ਬਸ ਵੀ ਐਂ ਆ ਵੀ ਲਾਈ ਹੋਈ ਆ ਵਧੀਆ, ਥੋੜ੍ਹਾ ਜਿਹਾ ਅੱਧਾ ਪੌਣਾ ਕਿੱਲਾ ਕੀ ਆ ਚੱਲਦਾ ਗੋਭੀ ਦਾ ਕੰਮ ਕਾਰ। ਵੱਢੀ ਜਾਂਦੇ ਗੋਭੀ, ਮਸ਼ੀਨਾਂ ਦੀ ਰਿਪੇਅਰ ਚੱਲਦੀ ਆ, ਠੰਡ ਬਹੁਤ ਆ, ਧੁੰਦ ਪਈ ਹੋਈ ਆ ਪੂਰੀ। ਮੱਕੀ ਜਮ੍ਹਾਂ ਹੀ ਵਧਣੋਂ ਰੁਕੀ ਪਈ ਆ, ਉੱਥੇ ਹੀ ਖੜ੍ਹੀ ਆ, ਐਨ ਪੀਲੀ ਹੋਈ ਪਈ ਆ ਮੱਕੀ। ਅਤੇ ਕੱਲ੍ਹ ਪਾਣੀ ਲਾਇਆ ਸੀਗਾ ਕਿ ਥੋੜ੍ਹੀ ਜਿਹੀ ਠੰਡ ਘੱਟ ਜੂ ਮੱਕੀ ਦੀ ਪਾਣੀ ਲਾਉਣ ਦੇ ਨਾਲ। ਇੱਧਰੋਂ ਇੱਧਰੋਂ ਸੁੱਕਦਾ ਮਸਾਂ ਵਾ, ਸੁੱਕਣਾ ਮਸਾਂ ਪਾਣੀ, ਪਰ ਲਾਉਣਾ ਪਿਆ ਪਾਣੀ। ਚਲੋ ਦੇਖੀ ਜੋ ਬਾਈ ਦਾ ਟਰੈਕਟਰ ਸਟਾਰਟ ਕਰਤਾ, ਮੈਂ ਕਿਹਾ ਜਾਨੂੰ ਗਰਮ ਹੋ ਜੂ। ਦੇਖ ਲਓ ਤਰੇੜ ਜਾਣੀ ਕਿ ਅੰਦਰ ਸ਼ੈੱਡ ਦੇ ਅੰਦਰ ਤੱਕ ਵੀ ਆ ਜਾਂਦੀ। ਅਤੇ ਜਿਹੜਾ ਹਵਾ ਕੱਲ੍ਹ ਹਲ ਵੀ ਮੈਸੀ ਦੇ ਆ ਗਏ ਰੰਗ ਰੁੰਗ ਕਰਕੇ, ਇਹ ਮੈਸੀ ਦੇ ਓਰਿਜਨਲ ਹਲ ਆ ਵੀਰੇ। ਕਲਰ ਵੀ ਉਹੀ ਕਰਵਾਇਆ ਮੈਸੀ ਵਾਲਾ, ਜਿਹੜਾ ਮੈਸੀ ਦੀ ਇੰਜਣ ਨੂੰ ਆਉਂਦਾ, ਇਹ ਮੈਸੀ ਦੀ ਰਹਿਣੇ ਆ, ਉਹਦੇ ਮਗਰ ਹੀ ਪਾਉਣੇ ਆ, ਹੋਰ ਕਿਸੇ ਟਰੈਕਟਰ ਦੇ ਫਾਲੇ ਫੁਲੇ ਸਾਰਾ ਕੰਮ ਇਹਦਾ ਜੋ ਵੀ ਸੀਗਾ ਕਰਵਾਇਆ। ਆਪਣੇ ਕੋਲ ਵੀ ਮੈਸੀ ਦੇ ਹੈਗੇ ਆ ਦੋ ਹਾਲਾ ਸਪਰਿੰਗਾਂ ਵਾਲੇ, ਇਹ ਵੀ ਮੈਸੀ ਦੀ ਆ, ਪਰ ਇਹ ਸਪੈਸ਼ਲ ਮੈਸੀ ਦੇ ਲਈ ਲਏ ਆ। ਇਹ ਕਿਸੇ ਕੋਲ ਸੀਗੇ ਆਪਣੇ ਚਾਚੇ ਉਹਨਾਂ ਕੋਲ, ਉਹਨਾਂ ਨੇ ਟਰੈਕਟਰ ਉਟਰ ਵੇਚਤਾ ਅਤੇ ਉਹਨਾਂ ਤੋਂ ਫਿਰ ਲੈ ਲਏ ਸੀਗੇ, ਕਿਉਂਕਿ ਉਹਨਾਂ ਨੇ ਇਹ ਹੁਣ ਆਪਾਂ ਫਿਰ ਮੈਸੀ ਦੇ ਲਈ ਬਣਵਾ ਕੇ ਰੱਖੇ ਆ ਵੀ ਚਲੋ ਜਿੰਨਾ ਕੁ ਬਾਹੁਣਾ ਕਰਨਾ ਹੈ ਕਰੋ ਮੈਸੀ, ਮਗਰ ਫਿਰ ਇਹ ਹਲ ਵਧੀਆ ਰਹਿਣੇ, ਚੱਲਣਗੇ ਵਧੀਆ ਉਹਦੇ ਮਗਰ। ਇੱਕ ਆਹ ਟਰੈਕਟਰ ਨੂੰ ਆਪਾਂ ਰੰਗ ਕਰਾਉਣਾ ਝੋਨਾ, ਆਹ ਆਪਣੇ ਆਲੂ ਕੱਟ ਕੇ, ਇੱਕ ਇਹਨੂੰ ਕਰਾਉਣਾ, ਇੱਕ ਦੂਜੇ ਨੂੰ ਕਰਾਉਣਾ, ਸਾਰਾ ਕੰਮ ਇਹਦਾ ਪੂਰਾ ਵਧੀਆ ਕਰਵਾਵਾਂਗੇ, ਪੂਰਾ ਵਧੀਆ ਇਹਨੂੰ ਮੋਡੀਫਿਕੇਸ਼ਨ ਇਹਦੀ ਦੇਣੀ ਆ, ਇਹਦੀ ਇਹ ਟਰੈਕਟਰ ਦੀ। ਦੱਸਿਓ ਇਹਨੂੰ ਓਰਿਜਨਲ ਰੰਗ ਹੀ ਕਰਵਾਈਏ, ਹੈ ਨਾ ਵੀ ਜਿਹੜਾ ਇਹ ਜੀ ਇਹੀ ਆਉਂਦਾ ਵਾ, ਆਹ ਇਹਦਾ ਓਰਿਜਨਲ ਰੰਗ ਹੀ ਆ, ਚੱਕਿਆਂ ਦਾ ਸ਼ੋ ਦਾ ਸਾਰੀ ਸ਼ੋ ਤਾਂ ਐਨ ਪੂਰੀ ਵਧੀਆ ਪਈ ਆ। ਇਹਦੇ ਵੀ ਇੰਜਣ ਹੀਟਰਾਂ ਵਾਲਾ ਸੀਗਾ, ਇਹਦਾ ਵੀ ਇੰਜਣ ਆਪਾਂ ਬਦਲ ਕੇ ਇਹਦੇ 575 ਦਾ ਧਰਿਆ ਹੋਇਆ, ਵੀ ਇੰਨਾ ਕੁ ਤੋਰਾ ਵਾ ਨਾ ਇਹ ਟਰੈਕਟਰ ਦਾ, ਇੰਨਾ ਕੁ ਤੋਰਾ ਵਾ, ਇਹਦੇ ਬਰੋਬਰ ਕੋਈ ਟਰੈਕਟਰ ਨਹੀਂ ਰਲਦਾ 11 ਹਲਾਂ ਦੇ ਵਿੱਚ, ਕੋਈ ਜੋਂਡੀਅਰ ਵੀ ਨਹੀਂ ਰਲਦਾ,
11 ਹਣਾ ਪਹਿਲੇ ਗੇਅਰ 'ਚ ਨਾ, ਪਹਿਲੇ ਗੇਅਰ 'ਚ ਨਹੀਂ ਕਿਸੇ ਨੂੰ ਖੰਘਣ ਦਿੰਦਾ ਇੰਨਾ ਤੋਂ। ਰੋਡ 'ਤੇ ਬਾਹਲਾ ਜ਼ਿਆਦਾ ਤੋਰਾ ਬਈ, ਜਦ ਤੋਂ ਇੰਜਣ ਲੱਗਦਾ ਨਾ ਰੋਡ 'ਤੇ ਤਾਂ ਬਹੁਤ ਜ਼ਿਆਦਾ ਤੋਰਾ ਹੋ ਗਿਆ ਰੋਡ 'ਤੇ ਤਾਂ, ਇੰਨਾ ਜ਼ਿਆਦਾ ਤੋਰਾ। ਅਤੇ ਇਹਦਾ ਵੱਖਰਾ ਜ਼ੋਰ ਆ, ਇਹਦਾ ਉਨਾ ਤੋਰਾ ਨਹੀਂ ਹੈਗਾ, ਪਰ ਇਹ ਹਾਈ ਸਪੀਡ ਕਰਕੇ ਇਹਦਾ ਤੋਰਾ ਬਹੁਤ ਬਣ ਗਿਆ ਜਦ ਦਾ ਇੰਜਣ ਇਹਦਾ ਬਦਲਿਆ, ਕਿਉਂਕਿ ਪਾਵਰ ਬਹੁਤ ਲਾਉਂਦਾ ਅਤੇ ਪੂਰਾ ਵਧੀਆ ਚੱਲਦਾ, ਤਾਂ ਤੇਲ ਖਰਚਾ ਬਹੁਤ ਘੱਟ ਆ, ਰੋਡ 'ਤੇ ਕੰਮ ਬਹੁਤ ਕਰਦਾ ਹੈ। ਬਸ ਗੁਗਨੀ ਬਾਈ ਚੱਲਿਆ, ਰੋਟੀ ਖਾਂਦਾ, ਰੋਟੀ ਖਾ ਕੇ ਅੱਡੇ 'ਤੇ ਲਾਊਗਾ, ਅਤੇ ਜਿਹੜੇ ਵੀਰ ਨੂੰ ਲੋੜ ਆ ਲੈ ਲਿਓ ਅੱਡੇ ਤੋਂ, ਜੋਧਾ ਬਾਜ਼ਾਰ ਤੋਂ। ਲਓ ਜੀ ਟੋਕਰਿਆਂ ਵਾਲੇ ਵੀਰ ਚੁੱਕਿਆ, ਟੋਕਰੇ ਬਣਾਉਣ ਆਪਣੇ ਕੱਲ੍ਹ ਦੇ ਲੱਗੇ ਹੋਏ ਆ, ਬਣਵਾ ਲੈਂਦੇ ਹਾਂ ਥੋੜ੍ਹੇ ਜਿਹੇ ਪੱਠਿਆਂ ਪੁੱਠਿਆਂ ਦੇ। ਅੱਗੇ ਬਹੁਤ ਬਣਵਾਉਂਦੇ ਹੁੰਦੇ ਸੀ ਆਲੂ ਉਲੂਆਂ ਨੂੰ ਨਾ, ਅਤੇ ਪਰ ਹੁਣ ਆਲੂਆਂ 'ਚ ਕੜਾਹੀਏ ਯੂਜ਼ ਕਰ ਦਿੰਦੇ ਹਾਂ, ਇੱਥੇ ਮਸ਼ੀਨ ਮਸ਼ੂਨ ਕੋਲ ਯੂਜ਼ ਕਰਨੇ ਹੁੰਦੇ ਆ, ਗੋਹੇ ਨੂੰ ਹੋ ਗਿਆ, ਪੱਠਿਆਂ ਨੂੰ ਹੋ ਗਿਆ, ਹੋਰ ਕੰਮਾਂ ਦੇ ਵਿੱਚ ਟੋਕਰੇ ਆਉਂਦੇ, ਬਸ ਉਨੇ ਕੁ ਬਣਵਾਉਣੇ ਆ। ਅੱਗੇ ਤਾਂ ਬਹੁਤ 2-2-3-3 ਸੌ ਟੋਕਰਾ ਬਣਵਾਉਂਦੇ ਹੁੰਦੇ ਸੀ, ਅਤੇ ਪਰ ਜਦ ਤੋਂ ਕੜਾਹੀਆਂ ਦਾ ਚੱਲ ਪਿਆ ਫਿਰ ਬੰਦ ਕਰਦੇ, ਕਿਉਂਕਿ ਹੁਣ ਲੇਬਰ ਹੀ ਬਹੁਤ ਮਹਿੰਗੀ ਆ, 100 ਰੁਪਏ ਤਾਂ ਬਣਵਾਈ ਦਾ ਲੈ ਲੈਂਦੇ ਆ ਵੀਰ, ਅਤੇ 100 ਤੋਂ ਉੱਪਰ ਹੀ ਹੋਊਗਾ, ਘੱਟ ਨਹੀਂ ਹੋਣਾ, ਅਤੇ ਫਿਰ 100 ਰੁਪਏ ਦਾ ਕੜਾਹੀਆ ਆ ਜਾਂਦਾ। ਕੜਾਹੀਏ ਦੇ ਵਿੱਚ ਉਹ ਪਲਾਸਟਿਕ ਦੇ ਜਿਹੜੇ, ਉਹਨਾਂ ਦੇ ਵਿੱਚ ਕੰਮ ਕਰਨਾ ਵੀ ਸੌਖਾ, ਅਤੇ ਤਾਂ ਕਰਕੇ ਹੁਣ ਬਣਾਉਣ ਛੱਡ ਹੀ ਦਿੱਤੇ ਆ, ਬਟ ਟੋਕਰੇ ਟੋਕਰੇ ਘੱਟ ਹੀ ਬਣਵਾਉਂਦੇ ਆ। ਫਿਰ ਵੀ 2-3 ਦਿਨ ਲਵਾਈ ਲੈ ਗਏ ਹਰੇਕ ਸਾਹਿਬ। ਲਓ ਜੀ ਚੱਲਦੀ ਆ ਬੇਲ ਵਾਢੀ, ਸਵੇਰੇ 6 ਵਜੇ ਦਾ ਆ ਕੇ ਲੱਗਿਆ ਹੋਇਆ ਵਾ, ਕਾਫੀ ਸਾਜਰੇ ਆ ਗਿਆ ਸੀਗਾ ਆਪਣਾ ਬੰਦਾ। ਹੈਲੋ ਠੰਡ ਵੀ ਬਹੁਤ ਆ, ਸਵੇਰੇ ਸਾਜਰੇ ਦਾ ਆ ਕੇ ਲੱਗਿਆ ਹੋਇਆ ਵਿਚਾਰਾ ਬੰਦਾ ਆਪਣਾ, ਕਿਉਂਕਿ ਬੇਲ ਵੱਢਣ ਵਾਲੀ ਕਾਫੀ ਇਕੱਠੀ ਹੋ ਗਈ, ਬੇਲ ਵੱਢਣ ਵਾਲੀ ਘੱਟੋ ਘੱਟ 100 ਕਿੱਲੇ ਦੇ ਨੇੜੇ ਬੇਲ ਵੱਢਣ ਵਾਲੀ ਹੋਈ ਪਈ ਆ, ਤਾਂ ਕਰਕੇ ਮੈਂ ਕਿਹਾ ਥੋੜ੍ਹਾ ਖਿੱਚਦੇ ਕੰਮ ਵੀ, ਸਵੇਰੇ ਥੋੜ੍ਹਾ ਸਾਜਰੇ ਲੱਗ ਜਾ ਕਰ, ਅਤੇ ਵੀ ਜਿਹੜਾ ਟਾਈਮ ਨਾਲ ਨਿਬੜ ਜਾਵੇ ਕੰਮ ਆਪਣਾ, ਅਤੇ ਹੁਣ ਟਾਈਮ ਨਾਲ ਹੀ ਸ਼ੁਰੂ ਕਰ ਲੈਂਦੇ ਹਾਂ। ਠੰਡ ਵੀ ਪੂਰੀ ਆ, ਧੁੰਦ ਵੀ ਪੂਰੀ ਆ, ਮੀਂਹ ਵਾਂਗੂ ਡਿੱਗਦੀ ਐਨ ਪੂਰੀ ਧੁੰਦ, ਬਹੁਤ ਜ਼ਿਆਦਾ ਧੁੰਦ ਆ। ਦੇਖ ਲਓ ਵੀਰੇ ਸਾਈਡਾਂ ਸੂਡਾਂ 'ਤੇ ਕਿਤੇ ਕੋਈ ਨੁਕਸਾਨ ਕਰਦਾ, ਇਹ 2 ਵੱਟਾਂ 'ਤੇ ਮੁੜ ਜਾਂਦਾ ਵਾ। ਇਰਸਾਨ ਆ ਥੋੜ੍ਹਾ ਜਿਹਾ ਕਿਤੇ ਉੱਚਾ ਕਰ ਦਿੰਦਾ ਤੂੰ, ਆਹ ਵਧੀਆ ਵੱਡੇ, ਆਹ ਥੋੜ੍ਹਾ ਉੱਚਾ ਰਹਿ ਗਿਆ।
ਇੱਕ ਉਹ ਕਿਹੜਾ ਆ ਖੱਤਾ ਦਿਓ ਰਹਿੰਦਾ ਗਿਆ ਆਇਆ ਆਇਆ ਤਾਂ ਹੈਗਾ ਚਾਹ ਲੈ ਗਿਆ ਇਧਰ ਇਹਨੂੰ ਐਂ ਕਰੀ ਜੇ ਅੱਜ ਟਾਈਮ ਨਾਲ ਚਲੇ ਗਿਆ ਤੂੰ ਮੈਂ ਕਿਹਾ ਜੇ ਅੱਜ ਜਦੋਂ ਜਾਏਗਾ ਜੇ ਆਹ ਸਰਵਿਸ ਸਟੇਸ਼ਨ ਵਾਲਾ ਹੋਇਆ ਪਾਣੀ ਮਰਵਾ ਲਈ ਯਾਰ ਇਹਦੇ ਤੇ ਹੈ ਇੱਕ ਵਾਰ ਧਵਾ ਲਈ ਸਾਫ਼ ਹੋ ਜੂ ਨਾਲੇ ਆਹ ਨਾਲੇ ਟਰੈਕਟਰ ਇੱਕ ਵਾਰ ਧਵਾ ਲਈ ਕੋਈ ਨਹੀਂ ਧਵਾ ਲਿਆ ਕਰ ਦੋ ਤਿੰਨ ਦਿਨਾਂ ਬਾਅਦ ਸਮਾਂ ਤਾਂ ਸਾਫ਼ ਹੋ ਜਾਂਦਾ ਉਨਾ ਚੱਲ ਵਧੀਆ ਵਾ ਨਹੀਂ ਤਾਂ ਲਿਬੜਿਆ ਤਾਂ ਲਿਬੜਨਾ ਤਾਂ ਚੱਲ ਹੈਗਾ ਹੀ ਆ ਪਰ ਧੋਤਾ ਹੋਇਆ ਟਰੈਕਟਰ ਫੇਰ ਵੀ ਸਾਫ਼ ਹੋ ਜਾਂਦਾ ਇਹਦੇ ਬ੍ਰੇਕਾਂ ਦਾ ਦੇਖ ਲਓ ਇੰਨਾ ਵਧੀਆ ਸਿਸਟਮ ਆ ਕਿ ਊਂ ਸੁੱਕੇ ਬ੍ਰੇਕ ਆ ਕਿ ਪਰ ਆਹ ਤੇਲ ਨਾਲ ਕੰਮ ਕਰਦੇ ਆ ਇੱਥੋਂ ਲੱਗਿਆ ਵਾਟਰ ਸਿਲੰਡਰ ਲੱਗੇ ਹੋਏ ਆ ਬ੍ਰੇਕ ਲੱਗਦੇ ਬਹੁਤ ਵਧੀਆ ਪੂਰੇ ਵਧੀਆ ਕੰਮ ਕਰਦੇ ਆ ਬ੍ਰੇਕ ਦੋਨੇ ਪਾਸੇ ਐਵੇਂ ਸਿਲੰਡਰ ਲੱਗੇ ਆ ਨਾ ਹਾਂਜੀ ਦੇਖ ਲਓ ਪਾਤਾ ਥਰੈਸ਼ਰ ਵੀ ਪੱਤੀਆਂ ਪੁੱਤੀਆਂ ਲਾ ਤੀਆਂ ਗੈਰ ਡਰੰਮ ਨੂੰ ਅਤੇ ਹੋ ਗਈ ਦੇਖ ਲਓ ਫਿੱਟ ਸਾਰਾ ਕੰਮ ਹੋ ਗਿਆ ਕੋਈ ਵੀ ਬੈਰੰਗ ਨਹੀਂ ਪਿਆ ਇੱਕ ਵੀ ਬੈਰੰਗ ਨਹੀਂ ਪਿਆ ਸਾਰੇ ਨਾ ਖੋਲੀ ਵੀ ਨਹੀਂ ਸਾਰੇ ਬੈਰੰਗ ਪੂਰੇ ਸੈੱਟ ਆ ਬਸ ਕਈ ਵੀਰ ਪੁੱਛਦੇ ਵੀ ਵੀਰੇ ਕਿੰਨਾ ਖਰਚਾ ਆ ਵੀਰੇ ਦੇਖ ਲਓ ਚਾਰ ਕੁ ਹਜ਼ਾਰ ਰੁਪਏ ਦੀਆਂ ਉਹ ਗੈਰ ਡਰੰਮ ਵਾਲੀਆਂ ਪੱਤੀਆਂ ਪੈਣੀਆਂ ਨੇ ਓਰਿਜਨਲ ਪਾਉਣੀਆਂ ਉਹ ਨਹੀਂ ਪਾਉਣੀਆਂ ਜਿਹੜੀਆਂ ਬਣਵਾਈਆਂ ਸੀ ਨਾ ਉਹ ਕੈਂਸਲ ਕਰਤਾ ਅਤੇ ਚਾਰ ਕੁ ਹਜ਼ਾਰ ਦੀਆਂ ਪੱਤੀਆਂ ਨੇ ਸਾਰੀਆਂ ਮੈਂ ਪਹਿਲਾਂ ਹੀ ਕਿਹਾ ਸੀ ਓਰਿਜਨਲ ਪਾ ਦਈਏ ਅਤੇ ਹੁਣ ਵੀਰ ਕਹਿੰਦਾ ਵੀ ਓਰਿਜਨਲ ਹੀ ਪਾਉਣੇ ਅਤੇ ਇੱਕ ਦੋ ਬੈਲਟਾਂ ਪੈਣੀਆਂ ਨੇ ਬਸ ਅਤੇ ਤੁਹਾਨੂੰ ਦਿਖਾ ਦਿੰਦਾ ਇੱਕ ਤਾਂ ਆਹ ਵਾਲੀ ਬੈਲਟ ਆ ਦੇਖ ਲਓ ਆਹ ਐਵੇਂ ਟੁੱਟੀ ਚੱਲੀ ਜਾਂਦੀ ਹੈ ਕਿੰਨੇ ਸੀਜ਼ਨਾਂ ਤੋਂ ਆਹ ਝੋਨੇ ਦਾ ਸਾਰਾ ਸੀਜ਼ਨ ਐਵੇਂ ਟੁੱਟੀ ਲੱਗ ਗਿਆ ਕਿੰਨੀ ਜਗ੍ਹਾ ਤੋਂ ਟੁੱਟੀ ਇੱਕ ਇਹ ਬੈਲਟ ਪੈਣੀ ਆ ਅਤੇ ਇੱਕ ਪੈਣੀ ਆ ਆਹ ਟੈਂਕ ਖਾਲੀ ਕਰਨ ਵਾਲੀ ਆਹ ਵਾਲੀ ਬੈਲਟ ਬਸ ਦੋ ਬੈਲਟਾਂ ਪਈਆਂ ਕੋਈ ਬੈਰਿੰਗ ਨਹੀਂ ਪਿਆ ਕੋਈ ਕੁਛ ਨਹੀਂ ਪਿਆ ਕਲੱਚ ਪਲੇਟ ਵੀ ਸੇਮ ਹੀ ਆ ਸਾਰਾ ਕੁਛ ਇਹ ਆ ਯਾਨੀ ਕਿ ਜੇ ਇੰਜਣ ਦੀ ਸਰਵਿਸ ਤੋਂ ਬਿਨਾਂ ਦੇਖੀਏ ਅਤੇ ਚਾਰ ਕੁ ਹਜ਼ਾਰ ਰੁਪਈਏ ਦਾ ਚਾਰ ਤੋਂ ਪੰਜ ਹਜ਼ਾਰ ਰੁਪਈਏ ਦਾ ਵੀਰੇ ਖਰਚਾ ਆਇਆ ਸਾਰਾ ਸਾਰਾ ਕੁਛ ਕਰਕੇ ਠੀਕ ਨਹੀਂ ਅਤੇ ਜਿਹੜੀ ਇੱਕ ਬਲੇਡ ਲੈ ਕੇ ਆਉਣੇ ਉਹ ਸਟੈਪ ਉਹ ਤਾਂ ਅੱਡ ਨਵੀਂ ਸਟੈਪ ਨੂੰ ਝੰਡ ਕੇ ਰੱਖਣਾ ਝੰਡਣਾ ਨਹੀਂ ਨਾਟੀਕਾਸ ਹੁੰਦੇ ਆ ਇਹਦੇ ਕਿ ਉਹ ਬਲੇਡ ਲਿਆ ਕੇ ਬਸ ਇਹਦੇ ਪਾਉਣੇ ਆ ਹੋਰ ਕੋਈ ਖਰਚਾ ਨਹੀਂ ਹੈਗਾ ਦੇਖ ਲਓ ਕਿ ਨਾਲੇ 2021 ਮਾਡਲ ਮਸ਼ੀਨ ਆ ਇਹ ਕਿ ਇੰਨਾ ਕੁ ਖਰਚਾ ਆਉਂਦਾ ਇਹਦੇ 'ਚ ਠੀਕ ਨਹੀਂ ਇਹਦੇ ਤਾਂ ਕੁਛ ਵੀ ਨਹੀਂ ਲੱਗਣਾ ਲੱਭੇ ਕੀ ਚੀਜ਼ ਉਹ ਯਾਰ ਬਾਈ ਉਹ ਜਿੱਦਣ ਨਾ ਮਸ਼ੀਨ ਸੀਗਾ ਅਤੇ ਦੇਖ ਲਓ ਵੀਰੇ ਵੀ ਬਸ ਇਹ ਖਰਚਾ ਵਾ ਕੋਈ ਕੋਈ ਬੈਰਿੰਗ ਨਹੀਂ ਖਰਾਬ ਹੈਗਾ ਸਾਰੇ ਬੈਰਿੰਗ ਲੋਟ ਆ ਕੋਈ ਅੱਜ ਤੱਕ ਹਜੇ ਤੱਕ ਕੋਈ ਵੀ ਬੈਰਿੰਗਾਂ ਦਾ ਚੇਂਜ ਨਹੀਂ ਕਰਿਆ ਮੂਹਰੇ ਫੀਡਰ ਵਾਲਾ ਬੈਰਿੰਗ ਚੇਂਜ ਕਰਿਆ ਵਾ ਹੈ ਨਾ ਅਤੇ ਕਲੱਚ ਪਲੇਟ ਖੋਲ੍ਹ ਕੇ ਦੇਖ ਲਈ ਬਸ ਕਿੰਨੀ ਮਸ਼ੀਨ ਖੋਲ੍ਹੀ ਆ ਦੇਖ ਲਓ ਕਲੱਚ ਪਲੇਟ ਖੋਲ੍ਹੀ ਸੀ ਅਤੇ ਥਰੈਸ਼ਰ ਬਾਹਰ ਕੱਢਿਆ ਅਤੇ ਥਰੈਸ਼ਰ ਵਾਲੀਆਂ ਪੁਲੀਆਂ ਪੱਟੀਆਂ ਹਾਂ
ਤੇ ਜਾਣੀ ਕਿ ਸਿਰਫ ਦੋ ਬੈਲਟਾਂ ਪਈਆਂ ਹਨਾ, ਕੋਈ ਵੀ ਮਸ਼ੀਨ ਦਾ ਹੋਰ ਪਾਰਟ ਨਹੀਂ ਖੋਲ ਕੇ ਦੇਖਿਆ ਇੱਕ, ਕਿਉਂਕਿ ਸਾਰੇ ਬੈਰਿੰਗ ਸੈੱਟ ਆ ਕੋਈ ਵੀ। ਆਹ ਦੇਖ ਲਓ, ਆਹ ਵੀ ਬੈਰਿੰਗ ਖੋਲ੍ਹ ਕੇ ਆਹ ਕੁੜੀ ਪਾਈ ਹੈ, ਨਵੀਂ ਨਵੀਂ ਨਹੀਂ ਪਾਈ, ਮਤਲਬ ਵੀ ਥਰੈਸ਼ਰ ਵਾਲੀ ਇਹ ਪਾਈ ਆ ਖੋਲ੍ਹ ਕੇ, ਕੋਈ ਬੈਰਿੰਗ ਨਹੀਂ ਖਰਾਬ ਇਹਦਾ, ਵੀ ਸਾਰੇ ਬੈਰਿੰਗ ਆਲ ਓਕੇ ਆ। ਅਤੇ ਹੁਣ ਤੁਸੀਂ ਲਾ ਲਓ ਸਾਹਿਬ ਵੀ 21 ਮਾਡਲ ਮਸ਼ੀਨ ਆ, 21 ਮਾਡਲ ਮਸ਼ੀਨ ਵੀ ਕੁਛ ਨਹੀਂ ਖੋਲ੍ਹਿਆ, ਸਿਰਫ ਗੱਲਾਂ ਥਰੈਸ਼ਰ ਅਤੇ ਗੈਡ ਡਰੰਮ ਵਾਲੀ ਪੁੜੀ, ਉਹ ਗੈਡ ਡਰੰਮ ਵੀ ਖੋਲ੍ਹਿਆ ਨਹੀਂ, ਜਾਣੀ ਕਿ ਉਹ ਪੁੜੀ ਸੈੱਟ ਆ, ਸਾਰਾ ਕੁਛ ਓਕੇ। ਕੋਈ ਐਲੀਵੇਟਰ ਨਹੀਂ ਖੋਲ੍ਹਿਆ, ਐਲੀਵੇਟਰ ਦੇ ਪੈਡ ਤੁਹਾਨੂੰ ਦਿਖਾ ਦਿੰਦਾ ਜੇ ਦਿਖ ਗਏ, ਅਤੇ ਓਰਿਜਨਲ ਪੈਡ ਆ, ਦੇਖ ਲਓ ਆਪਣੇ ਓਰਿਜਨਲ ਪੈਡ ਆ, ਓਰਿਜਨਲ ਚੈਨਾਂ ਚੱਲਦੀਆਂ ਆਹ ਸਾਰੀਆਂ, ਠੀਕ ਨਹੀਂ ਵੀਰ? ਕਈ ਵੀਰ ਪੁੱਛਦੇ ਵੀਰੇ ਕਿੰਨਾ ਕੁ ਖਰਚਾ ਆ ਗਿਆ, ਸਾਨੂੰ ਦੱਸਿਓ। ਜੇ ਜਾਣੀ ਕਿ ਇੰਜਣ ਦੇ ਤੇਲ ਤੋਂ ਬਿਨਾਂ ਮੈਂ ਕਹਿੰਦਾ ਵੱਧ ਤੋਂ ਵੱਧ, ਜੇ ਸਾਰਾ ਟੋਟਲ ਖਰਚਾ ਬੈਲਟਾਂ ਦਾ ਵੀ ਵਿੱਚ ਐਡ ਕਰਦੇ ਹਾਂ, ਜਿਹੜੀਆਂ ਬੈਲਟਾਂ ਟੁੱਟੀਆਂ ਹੋਈਆਂ ਪਾਉਣੀ, ਵੱਧ ਤੋਂ ਵੱਧ 10,000 ਰੁਪਇਆ ਲੱਗੂ ਵੀਰੇ, ਵੱਧ ਤੋਂ ਵੱਧ, ਇੱਦੂ ਵੱਧ ਰੁਪਈਏ ਨਹੀਂ ਲੱਗਦੇ ਤੇਲ, ਅਤੇ ਇੰਨਾ ਖਰਚਾ ਵਾ। ਤੁਸੀਂ ਲਾ ਲਓ ਸਾਹਿਬ ਵੀ ਕਿ ਇਹ ਕੋਈ ਜ਼ਿਆਦਾ ਖਰਚਾ, ਨਾਲੇ ਕਿੰਨੇ ਸਾਲ ਹੋ ਚੱਲੇ, ਠੀਕ ਨਹੀਂ? ਇਹ 2021 ਮਾਡਲ ਮਸ਼ੀਨ ਆ ਆਪਣੀ, ਇਹਦਾ ਸਾਰਾ ਡਾਟਾ ਚੜਿਆ ਹੁੰਦਾ ਉੱਤੇ ਵੀ ਜੋ ਜੋ ਇਹਦਾ ਸਮਾਨ ਪੈਣਾ ਵਾ, ਪਿਆ ਵਾ, ਅੱਜ ਤੱਕ ਸਾਰਾ ਡਾਟਾ ਪਿਆ ਮਸ਼ੀਨ ਦਾ। ਦੂਜੀ ਦੇ ਦੇਖ ਲੋ, ਹਾਂ ਉਹਦੇ ਦੇਖ ਲੋ ਜੀ, ਉਹਦੇ ਹੈਗਾ ਨੰਬਰ। ਇਹਦਾ ਵੀਰੇ ਇੱਕ ਆਹ ਇਡਲ ਮੰਗਾਉਣਾ ਸੀਗਾ, ਆਪਾਂ ਆਰਡਰ ਪਵਾਇਆ ਸੀ, ਜਿਹਤੇ ਇਡਲ ਲੱਗਿਆ ਉਹਦਾ ਨੰਬਰ ਮੈਟੀ ਜਾਂਦਾ। ਬਸ ਜਾਣੀ ਕਿ ਇਹ ਮਸ਼ੀਨ ਦਾ ਰੈਡੀ ਹੋ ਗਿਆ ਕੰਮ, ਜਿਹੜਾ ਸਮਾਨ ਰਹਿ ਗਿਆ ਉਹ ਸੋਮਵਾਰ ਨੂੰ ਆ ਜਾਣਾ, ਆਰਡਰ ਲੱਗਿਆ ਹੋਇਆ ਵਾ, ਸੋਮਵਾਰ ਨੂੰ ਸਾਰਾ ਸਮਾਨ ਆਜੂ, ਫਿਰ ਆਹ ਵੀ ਨਾਲ ਅੱਜ ਕੱਲ੍ਹ ਨੂੰ ਖੋਲ੍ਹ ਦੇਣਗੇ ਬਾਈ ਹੁਣੀ, ਅਤੇ ਇਹਦਾ ਵੀ ਜਿਹੜਾ ਕੋਈ ਮਾੜਾ ਮੋਟਾ ਜੇ ਕੁਛ ਹੈਗਾ ਤਾਂ ਦੇਖ ਲੈਣ, ਕਿਉਂਕਿ ਇਹਦਾ ਵੀ ਥਰੈਸ਼ਰ ਬਦਲਣਾ, ਥਰੈਸ਼ਰ ਬਦਲ 'ਤੇ ਪਤਾ ਲੱਗ ਜੂ ਜੇ ਕੁਛ ਹੈਗਾ, ਅਤੇ ਜੇ ਕੋਈ ਹੈਗਾ ਮਾੜਾ ਮੋਟਾ ਆਜੂ ਸਮਾਨ। ਅਤੇ ਬਾਕੀ ਮੈਂ ਤਾਂ ਵੀਰੇ ਓਰਿਜਨਲ ਪਾ ਕੇ ਖੁਸ਼ ਹਾਂ, ਆਪਾਂ ਤਾਂ ਕੱਪੜਾ ਵਾ, ਠੀਕ ਨਹੀਂ? ਉੱਥੇ ਕੱਪੜਾ ਲੱਗਦਾ ਲੈਦਰ ਜਿਹਾ, ਆਹ ਮੈਂ ਤਾਂ ਉਹ ਵੀ ਓਰਿਜਨਲ ਮੰਗਾਇਆ ਵੀ ਓਰਿਜਨਲ ਹੀ ਮੰਗਾ ਕੇ ਦੇ ਜਾ, ਵੀ ਬਾਹਰੋਂ ਨਹੀਂ ਸਵਾਉਣਾ, ਓਰਿਜਨਲ ਹੀ ਲਾਉਣਾ, ਉਹ ਵੀ ਆਰਡਰ ਪਵਾਇਆ ਆਪਾਂ। ਵੀਰੇ ਉਹਨਾਂ ਨੂੰ ਦੋਨੇ ਮਸ਼ੀਨਾਂ ਦਾ ਮਗਲੈਲ ਵੀ ਕਹਿ ਦੇਣਾ ਸੀ, ਹਾਂ ਮਗਲੈਲ ਫਿਲਟਰ ਸਾਰੇ ਕੁਛ, ਹਾਂ ਰੱਖਣ ਨਾਲ ਕੀ ਆ ਤੇਰਾ
ਕੰਪਨੀ ਸੈਟਿੰਗ ਹੀ ਨੈਸੀ, ਬਟ ਜਿਹੜੀ ਆਪਾਂ ਕਰਨੀ ਆ ਆਪਾਂ 76 ਜਾਂ 77 ਦੇ ਵਿੱਚ ਕਰਨੀ ਹੈ, ਕਿਉਂਕਿ ਬੈਲਟ ਵੀ ਕਈ ਵਾਰੀ ਇਹ ਘੱਸ ਜਾਂਦੀ ਹੈ ਨਾ, ਠੀਕ ਆ, ਫਿਰ ਇਹ ਜੋ ਬੰਦਾ 76 ਜਾਂ 77 'ਤੇ ਰੱਖਦਾ ਇਸ ਤੋਂ ਥੱਲੇ ਨਹੀਂ ਜਾਣਾ, ਠੀਕ ਆ, 77 ਤੱਕ ਰੱਖੋ, 77 ਤੱਕ ਫਿਰ ਜਿਹੜੀ ਆ ਬੈਲਟ ਵਿੱਚੋਂ ਕਈ ਵਾਰੀ ਪੁਰਾਣੀ ਬੈਲਟ ਹੁੰਦੀ ਹੈ ਘਸੀ ਹੁੰਦੀ ਆ, ਇਹ ਫਿਰ ਪ੍ਰੋਪਰ ਟਾਈਟ ਹੋ ਜਾਂਦੀ ਹੈ 77 'ਤੇ, ਠੀਕ ਆ ਨਾ, ਸਮਝਿਆ ਗੱਲ, ਬਸ ਆਹੀ ਇਹਦੀ ਥਿਊਰੀ ਆ, ਨਿੱਪਲ ਟੂ ਨਿੱਪਲ, ਬਸ ਇਹ ਚੀਜ਼ ਦਾ ਧਿਆਨ ਰੱਖਣਾ, ਜਿਹੜੀ ਨਿੱਪਲ ਆ ਨਿੱਪਲ ਤੱਕ ਇਹਨਾਂ ਦੋਨਾਂ ਦਾ ਡਾਇਆ 180 ਸੈਂਟੀਮੀਟਰ ਆ, ਬਟ ਆਪਾਂ ਜੇ ਬੈਲਟ ਚੱਲੀ ਹੋਈ ਹੈ 177 ਰੱਖ ਸਕਦੇ ਹਾਂ, 77-76 ਕਰ ਸਕਦੇ, ਹਾਂ 77-76, ਇਸ ਤੋਂ ਥੱਲੇ ਨਹੀਂ ਜਾ ਸਕਦੇ, 75 ਤੋਂ, 75 ਤਾਂ ਤੂੰ ਸੋਚ ਹੀ ਨਾ, 76 ਹੀ ਰੱਖ, ਠੀਕ ਹੈ, ਲਿਆਓ ਚੌਂਕਾ, ਲਿਆ ਚੁੰਟਾ ਹੁਣ ਸੋਨੀ ਤੂੰ ਫੋਨ ਬੰਦ ਕਰ, ਆਹ ਚੀਜ਼ਾਂ ਚ ਪਾ, ਹਾਂ ਇੱਥੇ ਪਹਿਲਾਂ ਮੁਰੀ ਕੱਟੀ ਪਾ, ਇੱਕ ਮਿੰਟ ਬਰੇਦਰ ਦੀ ਮਾਰੀ ਚੱਲ
ਵੀ ਅੱਜ ਤਾਂ ਇੰਨੀ ਕੁ ਠੰਡ ਆ ਨਾ, ਠੰਡ ਨੇ ਕਹਿਰ ਮਚਾਇਆ ਪਿਆ, ਕਹਿਰ ਹੀ ਕਹਿਰ, ਕਹਿਰ ਕਹਿ ਦਿੰਦਾ ਜਿਹਨੂੰ, ਪੂਰੀ ਜ਼ਿਆਦਾ ਠੰਡ, ਬਹੁਤ ਠੰਡ ਲੱਗ ਰਹੀ ਹੈ ਵੀ, ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ। ਗੱਡੀ 'ਚ ਬਹਿ ਕੇ ਮਾੜਾ ਜਿਹਾ ਨੈਗ ਆਉਂਦਾ, ਚਲੋ ਆਪਾਂ ਮਾਰ ਕੇ ਆਉਂਦੇ ਜਾਨੂੰ ਸਾਧ ਕੋਲ ਗੇੜਾ, ਕਿੰਨੀ ਕੁ ਵੇਲ ਵੜਤੀ ਆ ਉਹਨੇ, ਦੇਖ ਕੇ ਆਉਂਦੇ ਹਾਂ।